después. ਦੀਨਾਨਗਰ ਦੀ ਰਿਹਾਇਸ਼ੀ ਆਨੰਦ ਵਿਹਾਰ ਕਲੋਨੀ 'ਚ ਦਿਨੇ ਦੁਪਹਿਰੇ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਕੁਝ ਘੰਟਿਆਂ ਵਿੱਚ ਹੀ ਬੰਦ ਪਏ ਇਸ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਏ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੀੜਤ ਸ਼ਾਮ ਮਹਾਜਨ ਨੇ ਕਿਹਾ ਹੈ ਕਿ ਉਹ ਅੱਜ ਸਵੇਰੇ ਘਰੋਂ ਬਾਹਰ ਗਏ ਸਨ। ਜਦ ਦੁਪਹਿਰ ਘਰ ਵਾਪਸ ਆਏ ਤਾਂ ਉਹਨਾਂ ਦੇਖਿਆ ਕਿ ਚੋਰਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ 50,000 ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਉਹ ਫਰਾਰ ਹੋਏ ਹਨ। ਵਿਹਾਰ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ, ਜਿਹਦਾ ਮਾਲਕ ਦਾ ਨਾਂ ਸ਼ਾਮ ਸੁੰਦਰ ਸਨ ਔਫ ਸ਼੍ਰੀ ਬਦਰੀਨਾਥ। ਚੋਰ ਹੈ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੂਡਾ, ਅਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ, ਅਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਅਤੇ 2 ਵਜੇ ਦੇ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ, ਜਿਹੜਾ ਕਿ ਬਹੁਤ ਨੁਕਸਾਨਦੇਹ ਹੈ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ, ਕਲੋਨੀ ਵਾਸਤੇ ਵੀ ਡਰਾਵਣਾ, ਸਮਾਜ ਵਾਸਤੇ ਵੀ ਡਰਾਵਣਾ, ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ, ਆਬਾਦੀ ਖੁੱਲ੍ਹੀ ਹੁੰਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ, ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਅਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ, ਅਤੇ ਤਾਂ ਕਿ ਲੋਕ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ 'ਚ ਰਹਿ ਸਕਣ। 2:35 ਦੇ ਆਇਆ ਘਰ, 2:30 ਦੇ ਆ ਕੇ ਮੈਂ ਆਪਣਾ ਦਰਵਾਜ਼ਾ ਖੋਲ੍ਹਿਆ, ਅੰਦਰ ਆ ਕੇ ਦੇਖਿਆ ਅਤੇ ਸਾਰੇ ਕਮਰੇ ਗਿਆ, ਕਿਚਨ 'ਚ ਪਹਿਲੇ ਉਹ ਖਲਾਰਾ ਪੇਦਾ ਅਤੇ ਮੈਂ ਹੈਰਾਨ ਹੋ ਗਿਆ। ਅਗਲੇ ਕਮਰੇ ਗਿਆ ਅਤੇ ਸਾਰੇ ਬੈੱਡ ਪਟੋਏ ਅਤੇ ਫਿਰ ਅਗਲੇ 'ਚ ਗਿਆ, ਮੰਦਰ 'ਚ ਗਿਆ ਉਹ ਵੀ ਖਲਾਰਾ, ਅੱਗੇ ਗਿਆ ਸਾਡੇ ਲਾਕਰ ਸਾਰਾ ਖੁੱਲ੍ਹੇ ਹੀ। ਨੁਕਸਾਨ ਸਾਡਾ ਜੀ 50,000 ਰੁਪਇਆ ਨਗਦ ਆ, ਕੈਸ਼, ਲੇਡੀ ਦੀਆਂ ਥੱਦੀਆਂ ਵੇਚਦੀਆਂ ਸੀ ਨਵੀਆਂ, ਅਤੇ ਪਲੱਸ ਚਾਂਦੀ ਦੇ ਭਾਂਡੇ ਅਤੇ 10 ਕੁ ਗ੍ਰਾਮ ਸੋਨਾ ਮੈਂ ਉਹਦੇ ਨੂੰ। ਪੁਲਿਸ ਨੂੰ ਤਾਂ ਇਹੀ ਹੈ ਕਹਿੰਦੇ ਹਾਂ ਕਿ ਬੰਦੇ ਫੜ ਕੇ ਲੱਭੋ ਦਿਓ, ਸਾਡਾ ਸਮਾਨ ਦਵਾਓ, ਹੋਰ ਮਾਲ ਦਵਾਓ, ਹੋਰ ਕੀ ਕਹਿ ਸਕਦੇ। ਆਪਣੇ ਬਹੂ ਹੋਣਾਂ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਜੀ, ਸਮਾਨ ਜਿਹੜਾ ਚੋਰੀ ਹੋਇਆ, ਸ਼ਾਮ ਸੁੰਦਰ ਜੀ ਬਦਰੀਨਾਥ ਇਹਨਾਂ ਦੇ ਘਰ ਆਏ ਹਾਂ, ਜੋ ਵੀ ਚੋਰੀ ਹੋਈ ਆ ਵੇਖਦੇ ਹਾਂ ਜੀ, ਹੁਣ ਕੈਮਰੇ ਚੈੱਕ ਕਰ ਰਹੇ ਹਾਂ। 50,000 ਰੁਪਇਆ ਨਕਦ ਕਹਿਣ ਡੇ, ਕੋਈ ਸੋਨਾ ਕਹਿਣ ਡੇ ਜੀ, ਕਾਰਵਾਈ ਪਰਚਾ ਦੇ ਦਿੰਦੇ ਹਾਂ ਜੀ, ਕੈਮਰੇ ਚੈੱਕ ਕਰਕੇ ਜੇ ਕੋਈ ਆਇਆ ਪੁਰਸ਼ ਅਤੇ ਇਹਨਾਂ ਦੇ ਜੋ ਬਿਆਨ ਲਗਾਉਣ ਹੋਵੇ ਪਰਚਾ ਦੇ ਦਿੰਦੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।